ੱਖ ਦੀ ਮੈਂ ਖਾਵਾਂ ਚਾਹੇ ਥੁੜੀ ਹੀ ਹੋਵੇ ਫੇਰ ਭਾਵੇਂ ਜ਼ਹਿਰ ਦੀ ਉਹ ਕੁੜੀ ਹੀ ਹੋਵੇ ਐਂਡ ਤੱਕ ਕਰੂੰ ਵੀ ਪਿਆਰ ਮੇਰਾ ਜੋ ਜਿੱਦਾਂ ਬੱਚਾ ਹੋਇਆ ਮੇਰੇ ਕੁੜੀ ਹੀ ਹੋਵੇ ਵਾਹ ਇਹ ਕੋਈ ਨਹੀਂ ਦੱਸਦਾ ਕਿ ਜਦੋਂ ਧੀ ਆਉਂਦੀ ਹੈ ਸਭ ਤੋਂ ਵੱਡਾ ਖੁਸ਼ੀ ਲੱਗਦਾ ਤੁਸੀਂ ਕੁਝ ਵੀ ਕਰ ਰਹੇ ਹੋ ਨਾ ਤੁਹਾਨੂੰ ਉਹਦੇ ਚ ਸਕਸੈਸ ਨਹੀਂ ਮਿਲਦੀ ਬਹੁਤ ਐਗਜ਼ਾਮਪਲ ਤਾਂ ਮੈਂ ਖੁਦ ਐਗਜ਼ਾਮਪਲ ਮੇਰੀ ਲਾਈਫ ਥੋ ਬਿਜ਼ੀ ਐਂਡ ਮੋਰ ਸਕਸੈਸਫੁਲ ਤੀ ਤਾਂ ਇਹੋ ਜਿਹਾ ਸ਼ੇਰ ਬੱਚਾ ਹੁੰਦਾ ਤੁਸੀਂ ਉਹਨੂੰ ਥਾਪੜਾ ਦੇ ਕੇ ਲੈ ਪਿਓ ਇੱਕ ਵਾਰੀ ਕਹਿ ਦੇਵੇ ਵੀ ਪੁੱਤ ਮੇਰਾ ਮੈਂ ਤੇਰੇ ਨਾਲਾਂ ਚੱਕਦੇ ਫੱਟੇ ਮੈਂ ਕਹਿੰਦਾ ਮਤਲਬ ਹੀ ਨਹੀਂ ਕਦੇ ਸਿਰ ਨਹੀਂ ਨਾ ਹੋ ਜੇ ਕਿਸੇ ਜੀ ਹਾਂ ਪਰ ਸੰਤ ਜੀ ਨੂੰ ਤੁਸੀਂ ਹਮੇਸ਼ਾ ਰੱਬ ਦਾ ਸ਼ੁਕਰਿਆਦਾ ਕਰਦੇ ਹੋਏ ਵੇਖਦੇ ਮੇਰੇ ਨਾਨੀ ਜੀ ਅਕਸਰ ਕਿਹਾ ਜਾਂਦਾ ਹੈ ਕਿ ਜਿਹੜੇ ਮਾਲਵੇ ਵਾਲੇ ਆ ਨਾ ਰੁੱਖੇ ਹੁੰਦੇ ਆ ਪਰ ਦਿਲ ਦੇ ਬੜੇ ਸਾਫ਼ ਹੁੰਦੇ ਆ ਸਾਨੂੰ ਮਾਣ ਹੈ ਮਾਲਵਾ ਇੰਦੀਆ ਸਾਡਾ ਮੈਂ ਵੀ ਮਾਲਵੇ ਤੋਂ ਹਾਂ ਇਹ ਵੀ ਮਾਲਵੇ ਤੋਂ 14 ਸਾਲ ਦੀ ਸੀਗੀ ਮੈਂ ਇੱਕ ਪਲਾਨ ਬਣਾਇਆ ਸੀ ਉਹਦੇ ਵਿੱਚੋਂ ਕੁਝ ਨਹੀਂ ਹੋਇਆ ਮੈਂ ਬਿਆਨ ਨਹੀਂ ਕਰਾਉਣਾ ਸੀ ਤੇ ਮਾਪੇ ਵੀ ਗੁੱਸੇ ਹੋ ਜਾਂਦੇ ਆ ਕਿਉਂਕਿ ਮੈਂ ਉਹਨੂੰ ਕਹਿੰਦਾਂ ਨਹੀਂ ਆ ਕਿ 23 24 25 ਬਹੁਤ ਛੋਟੇ ਹੋ ਤੁਸੀਂ 30 ਤੋਂ ਬਾਅਦ ਸੋਚਿਓ ਬਾਟਰ ਵੀ ਰੋਟੀ ਬਣਾ ਦੂਗਾ ਜੇ ਮਨ ਸੇ ਤੇ ਉਹ ਥੱਕੀ ਹੋਈ ਆ ਤਾਂ ਜੇ ਉਹਦੇ ਹਸਬੰਡ ਹੈਲਪ ਕਰ ਦੂਗਾ ਤਾਂ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਉਹ ਚੰਗੀਆਂ ਕੁੜੀਆਂ ਭਾਲਣ ਵਾਲੇ ਪਹਿਲਾਂ ਆਪ ਹੀ ਨਾ ਚੰਗੇ ਹੋਣ ਵਿਚਾਰੇ ਕਿਸੇ ਕੁੜੀਆਂ ਦੀ ਫੇਵਰ ਕੀਤੀ ਮੈਂ ਮੁੰਡਿਆਂ ਦੀ ਫੇਵਰ ਕੀਤੀ ਵਿਚ ਇਜ਼ ਅ ਗੁੱਡ ਥਿੰਗ ਵਧੀਆ ਗੱਲ ਸਾਰੇ ਖੁਸ਼ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਮੈਂ ਜਸਵਿੰਦਰ ਕੌਰ ਸ਼ੁਕਰਾਨਾ ਜਾਂ ਸ਼ਿਕਵੇ ਵਰਗੇ ਜਿਹੜੇ ਸ਼ਬਦ ਐ ਅਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਯੂਜ਼ ਕਰਦੇ ਆਂ ਲੇਕਿਨ ਅਗਰ ਮੈਂ ਇਹ ਕਹਾਂ ਕਿ ਸ਼ਿਕਾਇਤਾਂ ਕਰਨੀਆਂ ਨਹੀਂ ਭੁੱਲਦੇ ਪਰ ਸ਼ੁਕਰਾਨਾ ਕਰਨਾ ਜਿਹੜਾ ਅਕਸਰ ਭੁੱਲ ਜਾਂਦੇ ਆਂ ਲੇਕਿਨ ਇੱਕ ਅਜਿਹੀ ਫਿਲਮ ਸਾਡੇ ਸਬਦੇ ਰੂਬਰੂ ਕੀਤੀ ਗਈ ਐ ਜੋ ਸ਼ਾਇਦ ਇੱਕ ਵਾਰ ਫਿਰ ਤੋਂ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਸ਼ੁਕਰਾਨਾ ਸ਼ਬਦ ਨੂੰ ਭਰ ਦੇਗੀ ਜਾਂ ਸਾਨੂੰ ਅਹਿਸਾਸ ਕਰਾਏਗੀ ਕਿ ਜਦੋਂ ਸਾਡੇ ਮਾਪੇ ਜਾਂ ਘਰ ਦੇ ਬਜ਼ੁਰਗ ਰੱਬ ਦਾ ਸ਼ੁਕਰੀਆ ਅਦਾ ਕਰਦੇ ਨੇ ਤਾਂ ਉਹ ਕਿੰਨਾ ਵਜਾਵਾ ਲਈ ਹੁੰਦਾ ਸੋ 27 ਸਤੰਬਰ ਨੂੰ ਫਿਲਮ ਸਿਨਮਾਗਰਾਂ ਦਾ ਸ਼ਿੰਗਾਰ ਬਨੇਗੀ ਲੇਕਿਨ ਫਿਲਮ ਦੇ ਡੇਡੇ ਕਲਾਕਾਰ ਨੇ ਉਹ ਏਸਲੀ ਜ਼ਿਆਦਾ ਖਾਸ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਦੇਖ ਕੇ ਕੁਝ ਖਾਸ ਮੁਕਾਮ ਹਾਸਲ ਕੀਤੇ ਨੇ ਸੋ ਸਿੱਖਣਾ ਸਭ ਤੋਂ ਚਾਹੀਦਾ ਹੈ ਸਵਾਗਤ ਕਰ ਲੈਣੇ ਆ ਨਿਰੂ ਬਾਜਵਾ ਜਸ ਬਾਜਵਾ ਔਰ ਅਮਰਿਤਮਾਨ ਜੀ ਦਾ ਬਹੁਤ ਬਹੁਤ ਸਵਾਗਤ ਹੈ ਤਸਕ ਜਸ ਬਾਜਵਾ ਔਰ ਅਮ੍ਰਿਤਮਾਨ ਤੁਹਾਡੇ ਤੋਂ ਮਾਫੀ ਮੰਗਦੇ ਹੋਏ ਪਹਿਲਾ ਸਵਾਲ ਨੀਰੂ ਮੈਮ ਅਰੇ ਨਹੀਂ ਨਹੀਂ ਲੇਡੀਜ਼ ਫਰਸਟ ਮੈਮ ਅਕਸਰ ਅਸੀਂ ਰੱਬ ਦਾ ਸ਼ੁ크ਰੀਆਦਾ ਕਰਦੇ ਹਾਂ ਜੋ ਅਸੀਂ ਚਾਇਆ ਸਾਨੂੰ ਉਹ ਮਿਲ ਜੇ ਪਰ ਕਦੀ ਤੁਸੀਂ ਇਸ ਚੀਜ਼ ਲਈ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਏ ਹੋ ਕਿ ਜੋ ਹੋਣੇ ਚਾਇਆ ਉਹ ਹੋ ਗਿਆ ਜੋ ਤੁਸੀਂ ਚਾਇਆ ਨਾ ਹੋਇਆ ਹੋਵੇ ਹਾਂ ਬਿਲਕੁਲ ਆਈ ਥਿੰਕ ਜਦੋਂ ਮਤਲਬ 12 13 ਸਾਲ ਦੀ ਸੀਗੀ ਤਾਂ ਮੈਂ ਇੱਕ ਪਲਾਨ ਬਣਾਇਆ ਸੀ ਉਹਦੇ ਵਿੱਚੋਂ ਕੁਝ ਨਹੀਂ ਹੋਇਆ ਪਰ ਇਹ ਬਾਤ ਰੀਅਲਾਈਜੇਸ਼ਨ ਹੁੰਦੀ ਹੈ ਕਿ ਜਦੋਂ ਤੁਸੀਂ ਬੈ ਕੇ ਸੋਚਦੇ ਹੋ ਕਿ ਮੈਂ ਕਿੰਨੀ ਗਲਤ ਸੀ ਮਤਲਬ ਜੋ ਵੀ ਵਾਹਿਗੁਰੂ ਕਰਦਾ ਹੈ ਤੁਹਾਡੇ ਭਲੇ ਲਈ ਕਰਦਾ ਹੈ ਸੋ ਬਲੀਵ ਇਨ ਹਿਸ ਪਲਾਨ ਬਲੀਵ ਇਨ ਦ ਪ੍ਰੋਸੈਸ ਬਟ ਆਈ نو ਇਹ ਬਹੁਤ ਮੁਸ਼ਕਿਲ ਹੈ ਕਿ ਜਦੋਂ ਜਦੋਂ ਤੁਸੀਂ ਯੰਗ ਹੋਨੇ ਹੋ ਕਿ ਤੁਹਾਡੇ ਇੰਨੀ ਐਸਪੀਰੇਸ਼ਨਸ ਆ ਇੰਨੀ ਵਿਸ਼ੇਸ ਆ ਇੰਨੀ ਖਵਾਇਸ਼ਾਂ ਨੇ ਤੇ ਜਦੋਂ ਉਹ ਪੂਰੀਆਂ ਨਹੀਂ ਹੁੰਦੀਆਂ ਤਾਂ ਦਿਲ ਟੁੱਟ ਜਾਂਦਾ ਵੈਸੇ ਐਂਡ ਵਿਸ਼ਵਾਸ ਵੀ ਕਿਤੇ ਨਾ ਕਿਤੇ ਉਹ ਯੂ نو ਉਹ ਵੀ ਡਗਮਗਾ ਡਗਮਗਾ ਜਾਂਦਾ ਕਿਤੇ ਨਾ ਕਿਤੇ ਬਟ ਆਈ ਥਿੰਕ ਕਿ आई डोंट नो जिन्ना सी इंस्पायर ਕਰ ਸਕਦੇ ਆ ਜਾਂ ਮੋਟੀਵੇਟ ਕਰ ਸਕਦੇ ਆ ਕਿ ਹੈਂਗ ਔਨ ਯੂ نو ਹਿੰਮਤ ਨਾ ਹਾਰੋ ਹੌਸਲਾ ਹੌਸਲਾ ਰੱਖੋ ਐਂਡ ਇੱਕ ਹੈ ਪਲਾਨ ਉਹਨਾਂ ਨੇ ਜੋ ਬਣਾਇਆ ਸਾਰਿਆਂ ਦਾ ਬਿਲਕੁਲ ਮੈਮ ਜਸਪਾਜੀ ਮੇਰਾ ਸਵਾਲ ਤੁਹਾਡੇ ਤੋਂ ਹੈ ਸਾਡੇ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਪਰਸਨ ਹੈ ਜਿਹੜਾ ਜ਼ਰੂਰ ਹੁੰਦਾ ਹੈ ਮਦਰ ਫਾਦਰ ਦਾਦੀ ਦਾਦਾ ਕੋਈ ਵੀ ਜਿਹੜਾ ਹਮੇਸ਼ਾ ਹਰ ਰੋਜ਼ ਰੱਬ ਨੂੰ ਯਾਦ ਕਰਦਾ ਆਪਣੇ ਬੱਚਿਆਂ ਪੋਤਿਆਂ ਲਈ ਦੁਆਵਾਂ ਕਰਦਾ ਹੋਇਆ ਨਜ਼ਰ ਆਉਂਦਾ ਹੈ ਕਿ ਪਰਮਾਤਮਾ ਉਹਨਾਂ ਨੂੰ ਹਮੇਸ਼ਾ ਸਹੀ ਸਲਾਮਤ ਰੱਖੇ ਤੁਹਾਡੀ ਆਮਲੀ ਦੇ ਵਿੱਚ ਕੋਈ ਅਜੇਹਾ ਪਰਸਨ ਜੀ ਨੂੰ ਤੁਸੀਂ ਹਮੇਸ਼ਾ ਰੱਬ ਦਾ ਸ਼ੁਕਰਿਆਦਾ ਕਰਦੇ ਹੋਏ ਵੇਖਦੇ ਮੇਰੇ ਨਾਨੀ ਜੀ ਜਿਨ੍ਹਾਂ ਨੇ ਮੈਨੂੰ ਪਾਲਿਆ ਜੀ ਔਰ ਜਿਨ੍ਹਾਂ ਦੇ ਕਰਕੇ ਅੱਜ ਮੈਂ ਇੱਥੇ ਹਾਂ ਜੋ ਵੀ ਹੈ ਜ਼ਿੰਦਗੀ ਚ ਇੱਥੇ ਹੁਣ ਤਾਂ ਚਲੋ ਸਾਡੇ ਲਈ ਪ੍ਰਮਾਤਮਾ ਦਾ ਬਹੁਤ ਸ਼ੁਕਰਾਨੇ ਵਾਲੀ ਗੱਲ ਹੈ ਕਿ ਇਹ ਮਾਨ ਸਤਕਾਰ ਲੋਕਾਂ ਦਾ ਪਿਆਰ ਮਿਲਦਾ ਔਰ ਉਸ ਫੀਲਡ ਚ ਜਿੱਥੇ ਦਵਾਵਾਂ ਵੀ ਨਾਲ ਦੀ ਨਾਲ ਨੇ ਤੇ ਕੰਮ ਵੀ ਹੈ ਸਾਡਾ ਘਰ ਵੀ ਇਸ ਫੀਲਡ ਤੋਂ ਚੱਲਦਾ ਸੋ ਇਹ ਸਾਰਾ ਕੁਝ ਜ਼ਿੰਦਗੀ ਚ ਛੋਟੇ ਹੁੰਦਿਆਂ ਤੋਂ ਉਹਨਾਂ ਨੂੰ ਦੇਖਿਆ ਤੇ ਕਿਤਨਾ ਕਿਤੇ ਕੋਸ਼ਿਸ਼ ਕੀਤੀ ਕਿ ਉਹਨਾਂ ਵਰਗੇ ਬਣੀਏ ਸਮਾਜ 'ਚ ਹਰ ਇੱਕ ਚੀਜ਼ ਨੂੰ ਆਪਣੇ ਆਪ ਤੇ ਚੰਗੇ ਮਾੜੇ ਹਾਲਾਤਾਂ 'ਚ ਉਹਨਾਂ ਨੂੰ ਮੈਂ ਹਮੇਸ਼ਾ ਦੇਖਿਆ ਆਪਦੇ ਆਪ ਨੂੰ ਉਸ ਹਾਲਾਤ 'ਚ ਢਾਲ ਲੈਂਦੇ ਆ ਤੇ ਬੜੇ ਮਤਲਬ ਸਿੰਪਲ ਤਰੀਕੇ ਨਾਲ ਇਹ ਗੱਲ ਕਹਿ ਕੇ ਕਿ ਮਹਾਰਾਜ ਤੇਰਾ ਸ਼ੁਕਰ ਹੈ ਜੋ ਤੂੰ ਕਰ ਰਹੇ ਆ ਇਹ ਵਧੀਆ ਹੀ ਆ ਔਰ ਖਾਸ ਕਰਕੇ ਆਪਣੇ ਨਾਲੋਂ ਜ਼ਿਆਦਾ ਆਪਦੇ ਪਰਿਵਾਰ ਲਈ ਬਜ਼ੁਰਗਾਂ ਦਾ ਸਾਰੀਆਂ ਫੈਮਲੀਆਂ ਚ ਇਦਾਂ ਹੀ ਹੁੰਦਾ ਪਰ ਮੈਂ ਅੱਖਾਂ ਨਾਲ ਅੱਜ ਤੱਕ ਹੁਣ ਤੱਕ ਚਲੋ ਹਲੇ ਵੀ 94 ਸਾਲ ਦੀ ਉਮਰ ਹੈ ਮੇਰੇ ਨਾਨੀ ਜੀ ਦੀ ਔਰ ਬਹੁਤ ਸੇਹ ਤੇ ਆਪ ਨੇ ਡੇਲੀ ਅਖਬਾਰ ਪੜ੍ਹਦੇ ਆ ਪੰਜਾਬੀ ਟਰਬਿਨ ਸਾਡੇ ਪਿਛਲੇ 40 42 ਸਾਲਾਂ ਤੋਂ ਆਉਂਦਾ ਤੇ ਉਹ ਸਿਰਫ ਮਾਤਾ ਜੀ ਕਰਕੇ ਕਿਉਂਕਿ ਅੱਜ ਕੱਲ ਤਾਂ ਫੋਨਾਂ 'ਚ ਖ਼ਬਰ ਨਹੀਂ ਉਹਨਾਂ ਨੇ ਪੜ੍ਹਨਾ ਹੁੰਦਾ ਔਰ ਸਾਨੂੰ ਇਹ ਆਦਤ ਹੈ ਸਾਰੇ ਟੱਬਰ ਨੂੰ ਇਕੱਠੇ ਬੈਠ ਕੇ ਉਹਨਾਂ ਦੇ ਕੋਲ ਸੋ ਜਿਆਦਾ ਨਾ ਗੱਲਾਂ ਕਰਦੇ ਹੋਏ ਮੇਰੇ ਨਾਨੀ ਜੀ ਨੂੰ ਮੈਂ ਆਪਣੀ ਅੱਖਾਂ ਨਾਲ ਦੇਖਿਆ ਅਮਰਿਤਪਾਲ ਸੌਰੀ ਅਮਰਿਤਮਾਨ ਜੀ ਮਤਲਬ ਅਸੀਂ ਮਾਲਵੇ ਤੋਂ ਆ ਅਕਸਰ ਇਹ ਕਿਹਾ ਜਾਂਦਾ ਹੈ ਕਿ ਮਾਲਵੇ ਵਾਲੇ ਰੁੱਖੇ ਹੁੰਦੇ ਆ ਪਰ ਦਿਲ ਦੇ ਬੜੇ ਸਾਫ ਹੁੰਦੇ ਆ ਪੱਕਾ ਨਾ ਪਤਾ ਹੀ ਨਹੀਂ ਸ਼ਾਇਦ ਇਸ ਲਈ ਮੇਰੇ ਮੂੰਹ ਚੋਂ ਹੀ ਨਾਮ ਨਿਕਲ ਗਿਆ ਸੌਰੀ ਕੀ ਕਹਿਣਾ ਚਾਹ ਰਹੇ ਆ ਅਕਸਰ ਕਿਹਾ ਜਾਂਦਾ ਹੈ ਕਿ ਜਿਹੜੇ ਮਾਲਵੇ ਵਾਲੇ ਆ ਨਾ ਰੁੱਖੇ ਹੁੰਦੇ ਆ ਪਰ ਦਿਲ ਦੇ ਬੜੇ ਸਾਫ ਹੁੰਦੇ ਆ ਤੁਹਾਡੇ ਇੱਕ ਗੀਤ ਦੀਆਂ ਲਾਈਨਾਂ ਨੇ ਕਿ ਜਿਹੜੀ ਸੋਚ ਹੈ ਉਹ ਬੈਕਵਰਡ ਹੁੰਦੀ ਹੈ ਏਰੀਆ ਕੋਈ ਬੈਕਵਰਡ ਨਹੀਂ ਹੁੰਦਾ ਸੋ ਤੁਸੀਂ ਜਿਸ ਮੁਕਾਮ ਤੇ ਹੋ ਸ਼ੁਕਰਾਨਾ ਕਰਦੇ ਹੋ ਕਿ ਮਾਲਵੇ ਜੋ ਬੇਸ਼ੱਕ ਉਠਿਆ ਪਰ ਬਹੁਤ ਦਾ ਸ਼ੁਕਰ ਹੈ ਬਿਲਕੁਲ ਜੀ ਸਾਨੂੰ ਮਾਨ ਮਾਲਵਾ ਏਰੀਆ ਸਾਡਾ ਨਸ ਮੈਂ ਵੀ ਮਾਲਵੇ ਹਾਂ ਹਾਂ ਇਹ ਵੀ ਮਾਲਵੇ ਤੋਂ ਨੇ ਤੁਸੀਂ ਮਾਲਵੇ ਤੋਂ ਲੱਗੇ ਦਵਾਈ ਤੋਂ ਨਹੀਂ ਨਹੀਂ ਇਹਨਾਂ ਦਾ ਡੋਟ ਪਿੰਡ ਹੈ ਨਾ ਬਾਜੇਖਾਨੇ ਦੇ ਕੋਲੇ ਅੱਛਾ ਤੇ ਮੈਨੂੰ ਇਹ ਲੱਗਦਾ ਸੀਗਾ ਕਿ ਸ਼ਾਇਦ ਮੈਂ ਆਇਲਸ ਦਾ ਨਾ ਐਗਜ਼ਾਮ ਦਿੱਤਾ ਜਦੋਂ ਮੇਰੀ ਜਦੋਂ ਪਲੱਸ 2 ਆਪਾਂ ਕਰ ਲਏ ਨੇ ਨਾ 12th ਸਟੈਂਡਰਡ ਪਾਸ ਕੀਤੀ ਤੇ ਮੇਰੇ ਵਧੀਆ ਬੈਂਡਬੰਡ ਵੀ ਵਧੀਆ ਆ ਗਏ ਮੈਂ ਫਾਈਲ ਅਪਲਾਈ ਕੀਤੀ ਮੇਰਾ ਵੀਜ਼ਾ ਆਇਆ ਨਹੀਂ ਮੈਂ ਬੜਾ ਟੁੱਟ ਗਿਆ ਮੈਂ ਕਿਹਾ ਯਾਰ ਕੀ ਕਰਾਂਗੇ ਕੀ ਹੋਊਗਾ ਫਿਰ ਮੈਂ ਇੰਜੀਨੀਅਰਿੰਗ ਇੱਥੇ ਕੀਤੀ ਰੱਬ ਚਾਹੁੰਦਾ ਸੀਗਾ ਕਿ ਜੋ ਉਹਦਾ ਪਲਾਨ ਹੁੰਦਾ ਸਭ ਤੋਂ ਵੱਡਾ ਹੁੰਦਾ ਬੰਦੇ ਬੰਦੇ ਦੀਆਂ ਤਾਂ ਪਲੈਨਿੰਗਸ ਹੀ ਹੁੰਦੀਆਂ ਹਨਾ ਦੂਜੀ ਵਾਰ ਫੇਰ ਮੈਂ ਫਾਈਲ ਲਾਈ ਕਿ ਪਿਛਲੀ ਵਾਰੀ ਕਿਸੇ ਹੋਰ ਕਾਰਨ ਕਰਕੇ ਰਹਿ ਗਿਆ ਉਹ ਐਤਕੀ ਨਹੀਂ ਰਹਿੰਦਾ ਦੁਬਾਰਾ ਫੇਰ ਆਇਆ ਉਸ ਦਾ ਉਹ ਕੀਤਾ ਹਨਾ ਤੇ ਫਿਰ ਵਧੀਆ ਬੈਂਡ ਆ ਗਏ ਪਰ ਫਿਰ ਫੇਰ ਰਿਜੈਕਸ਼ਨ ਆ ਗਈ ਮੈਂ ਬੜਾ ਸੈਡ ਹੈ ਹਨਾ ਹਫਤਾ 10 ਦਿਨ ਮੈਂ ਚੰਗੀ ਤਰ੍ਹਾਂ ਰੋਟੀ ਨਹੀਂ ਖਾਧੀ ਮੈਂ ਕਿਹਾ ਯਾਰ ਮੈਂ ਜਾਣਾ ਸੀ ਕੈਨੇਡਾ ਮੈਂ ਆ ਸੁਪਨੇ ਸੀ ਮੈਂ ਆਏ ਸੀ ਮੈਂ ਇਦਾਂ ਸੀ ਹਨਾ ਪਰ ਪ੍ਰਮਾਤਮਾ ਨੇ ਮੇਰੇ ਲਈ ਸ਼ਾਇਦ ਇੰਨੂੰ ਵੀ ਕੋਈ ਵਧੀਆ ਸੋਚਿਆ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਮੈਂ ਆਪਣੇ ਮਨ 'ਚ ਇਹ ਗੱਲ ਸੋਚੀ ਕਿ ਯਾਰ ਸਾਰਾ ਕੁਝ ਉਹਦੀ ਰਜ਼ਾ ਨਾਲ ਹੁੰਦਾ ਆਪਾਂ ਆਪਣੀਆਂ ਪਲੈਨਿੰਗ ਬਣਾ ਕੇ ਉਹਦੇ 'ਚ ਫੇਲ ਹੋ ਕੇ ਆਪ ਹੀ ਸੈਡ ਹੋ ਕੇ ਆਪ ਦਾ ਟਾਈਮ ਖਰਾਬ ਕਰੀ ਜਾਂਦੇ ਆ ਤੇ ਟਾਈਮ ਸਮਾਂ ਲਿਮਟਡ ਪਰਮਾਤਮਾ ਨੇ ਸਭ ਨੂੰ ਲਿਮਟਡ ਸਮਾਂ ਦੇ ਕੇ ਭੇਜਿਆ ਹਨਾ ਤਾਂ ਆਪਾਂ ਕਈ ਵਾਰੀ ਐਵੇਂ ਫਾਲਤੂ ਦੀਆਂ ਟੈਨਸ਼ਨਸ ਦੇ ਵਿੱਚ ਆਪਦਾ ਸਮਾਂ ਜਿਹੜਾ ਬਰਬਾਦ ਕਰ ਲੈਂਦੇ ਆ ਹੁੰਦਾ ਸਾਰਾ ਕੁਝ ਉਹਦੀ ਮਰਜ਼ੀ ਨਾਲ ਹੀ ਹੈ ਮਾਲਵੇ ਦੀ ਤੁਸੀਂ ਗੱਲ ਕੀਤੀ ਮਲਵਈ ਜਿਹੜੀ ਜਿਹੜਾ ਐਕਸੈਂਟ ਆ ਜਿਹੜੀ ਬੋਲੀ ਆ ਉਹ ਮੈਨੂੰ ਹੁਣ ਮਦਦ ਕਰ ਰਹੀ ਹੈ ਮੇਰੇ ਫਿਲਮਾਂ 'ਚ ਹੈਲਪ ਕਰ ਰਹੀ ਆ ਹਨਾ ਕਿ ਕੋਈ ਵੀ ਬੋਲੀ ਚਾਹੇ ਤੁਸੀਂ ਦੋਆਬੇ ਦੇ ਹੋ ਚਾਹੇ ਮਾਝੇ ਦੇ ਹੋ ਜੇ ਤੁਸੀਂ ਉਸ ਏਰੀਆ ਦੀ ਪੱਟ ਬੋਲੀ ਤੁਸੀਂ ਵਧੀਆ ਬੋਲਦੇ ਹੋ ਤਾਂ ਬਹੁਤ ਸੋਹਣੀ ਲੱਗਦੀ ਹੈ ਲੋਕਾਂ ਨੂੰ ਤੇ બસ ਇਹੀ ਹੈ ਸ਼ੁਕਰਾਨਾ ਗੁਰੂ ਮਹਾਰਾਜ ਦਾ ਸਵੇਰੇ ਉੱਠ ਕੇ ਕਰੀਦਾ ਕਿ ਦੁਬਾਰਾ ਫੇਰ ਇੱਕ ਦਿਨ ਚੜਾਤਾ ਜ਼ਿੰਦਗੀ ਦਾ ਤੇ ਅੱਜ ਮੈਂ ਫੇਰ ਟਰਾਈ ਕਰ ਸਕਦਾ ਅੱਜ ਮੈਂ ਫੇਰ ਕੁਛ ਨਾ ਕੁਛ ਅਚੀਵ ਕਰਨ ਦੀ ਲਾਈਨ ਦੇ ਵਿੱਚ ਹੌਲੀ 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 ਲੱਗਿਆ ਹੋਇਆ ਸਿਰ ਨੀਵਾ ਕਰਕੇ ਤੇ ਚੜ੍ਹਦੀ ਕਲਾ 'ਚ ਰਹਿ ਕੇ ਹਾਂਜੀ ਚੜ੍ਹਦੀ ਕਲਾ 'ਚ ਰਹਿਣਾ ਸਭ ਤੋਂ ਸਭ ਤੋਂ ਸੋਹਣੀ ਚੀਜ਼ ਹੁੰਦੀ ਹੈ ਚੜ੍ਹਦੀ ਕਲਾ 'ਚ ਰਹਿਣਾ ਨੀਰੂ ਮੈਮ ਰੀਸੈਂਟਲੀ ਨਾ ਸੋਸ਼ਲ ਮੀਡੀਆ ਤੇ ਇੱਕ ਗੱਲ ਦੀ ਚਰਚਾ ਇਹ ਛੇੜੀ ਹੋਈ ਹੈ ਕਿ ਧੀਆਂ ਲਈ ਸ਼ੁਕਰਾਨਾ ਜਦੋਂ ਤੁਹਾਡੇ ਘਰੇ ਧੀ ਪੈਦਾ ਹੁੰਦੀ ਹੈ ਸ਼ੁਕਰਾਨਾ ਕਰਦੇ ਅਸੀਂ ਲੋਕਾਂ ਨੂੰ ਬਹੁਤ ਘੱਟ ਵੇਖਿਆ ਬੇਸ਼ੱਕ ਹੁਣ ਏ ਟ੍ਰੈਂਡ ਜਿਹੜਾ ਚੱਲ ਪਿਆ ਕਿ ਲੋਕ ਆਪਣੀ ਸੋਚ ਬਦਲ ਰਿਹਾ ਲੇਕਿਨ ਅਕਸਰ ਤੁਹਾਡੀ ਇਸ ਗੱਲ ਨੂੰ ਲੈ ਕੇ ਹਰ ਕੋਈ ਪ੍ਰੇਸ ਕਰਦਾ ਹੋਇਆ ਨਜ਼ਰ ਆਉਂਦਾ ਹੈ ਕਿ ਉਹ ਆਪਣੇ ਪਰਿਵਾਰ ਨੂੰ ਜਿਸ ਤਰੀਕੇ ਨਾਲ ਮੈਨੇਜ ਕਰਦੇ ਹੈ ਉਹ ਹਰ ਕਿਸੇ ਦੇ ਬਸ ਚ ਨਹੀਂ ਹੁੰਦਾ ਜਾਂ ਮੈਨੂੰ ਤੁਹਾਡੀ ਸਭ ਤੋਂ ਵੱਡੀ ਕੁਆਲਿਟੀ ਪੰਚੁਐਲਿਟੀ ਲੱਗਦੀ ਹੈ ਮੈਂ ਉਸ ਚੀਜ਼ ਲਈ ਹਮੇਸ਼ਾ ਤੁਹਾਨੂੰ ਦਿਲ ਤੋਂ ਸਲਾਮ ਕਰਦੀ ਹਾਂ ਸੋ ਧੀਆਂ ਲਈ ਜਿਹੜਾ ਸ਼ੁਕਰਾਨਾ ਲੋਕ ਨਹੀਂ ਕਰਦੇ ਸੀ ਆਖਿਰਕਾਰ ਹਰ ਘਰ ਦੇ ਵਿੱਚ ਇਹ ਵੀ ਗੱਲ ਚੱਲਦੀ ਹੁੰਦੀ ਹੈ ਕਿ ਕਿਸੇ ਸਮੇਂ ਅਸੀਂ ਕਹਿੰਦੇ ਹਾਂ ਕਿ ਧੀ ਜੇ ਹੋਵੇ ਨਾ ਮਾਪੇ ਦੀ ਸਭ ਤੋਂ ਵੱਡੀ ਤਰਵਾਸ ਹੁੰਦੀ ਹੈ ਸੋ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਦੀ ਕਿੰਨੀ ਕਿਹ ਅਹਿਮੀਅਤ ਹੈ ਅਹਿਮੀਅਤ ਹੈ ਕਿਉਂਕਿ ਅਸੀਂ ਖੁਦ تن ਭੈਣਾ ਨੇ ਐਂ ਬਟ ਮੇਰੇ ਫਾਦਰ ਨੇ ਕਦੇ ਕੋਈ ਡਿਫਰੈਂਸ ਨਹੀਂ ਕੀਤਾ ਸਾਡੇ 'ਚ ਓਬਵੀਅਸਲੀ ਰਿਸ਼ਤੇਦਾਰਾਂ ਨੇ ਤਾਂ ਕੁਝ ਕਹਿਣਾ ਹੀ ਆ ਬਟ ਕਦੇ ਉਹਨਾਂ ਨੇ ਟੈਂਸ਼ਨ ਹੀ ਨਹੀਂ ਦਿੱਤੀ ਉਸ ਗੱਲ ਨੂੰ ਨਾ ਸਾਨੂੰ ਕਦੇ ਕਿਸੇ ਚੀਜ਼ ਤੋਂ ਰੋਕਿਆ ਉਹਨਾਂ ਨੇ एंड um, असि भी कोई मतलब जो नो you know, पता चल कि मैं प्रैगनेट हाँ तो इसी चीज़ की अरदस करते हैं कि बच्चा हेल्दी हो यू नो आई मीन हाँ पता कर मैं उत्थे तो पता कर लं रूम सजा है सो यू नो पिंक या ब्लू सो पता कर एंड व्यूअर सो हैप्पी कि साथ तीन कुड़िया ने एंड मेरी मेरी गुड लक है मेरे हसबेंड की गुड लक्क एंड असि इमेजिन ही नहीं कर सकते जिंदगी उन्होंने मेरा ਆ ਮੇਰਾ ਹੁਣ ਜਿਹੜਾ ਸਵਾਲ ਹੈ ਭਾਜੂ ਤੁਹਾਡੇ ਅੰਮ੍ਰਿਤ ਤੁਹਾਡੇ ਦੋਨਾਂ ਤੋਂ ਹੈ ਅਕਸਰ ਕੁੜੇ ਹੋਣ ਦੇ ਨਾਤੇ ਜਾਂ ਮੈਮ ਜਾਂ ਮੈਂ ਕਨੈਕਟ ਕਰ ਸਕਦੇ ਆ ਸਾਨੂੰ ਪਤਾ ਹੁੰਦਾ ਹੈ ਸਾਡੀ ਮਦਰਸ ਦੀਆਂ ਪ੍ਰੋਬਲਮ ਜਾਂ ਦਾਦੀਏ ਅਸੀਂ ਕੀ ਪਰਿਵਾਰਾਂ ਦੇ ਵਿੱਚ ਵੇਖਦੇ ਹੋਏ ਆਉਨੇ ਆ ਲੇਕਿਨ ਮੁੰਡੇ ਬਹੁਤ ਚੀਜ਼ਾਂ ਮਹਿਸੂਸ ਕਰਦੇ ਹੁੰਦੇ ਆ ਕਿਉਂਕਿ ਉਹ ਮਾਂ ਦੇ ਬਹੁਤ ਨੇੜੇ ਹੁੰਦੇ ਆ ਉਹ ਕਦੀ ਕਦੀ ਫੀਲ ਕਰਦੇ ਹੁੰਦੇ ਆ ਕਿ ਇੱਥੇ ਆ ਜਿਹੜੀ ਚੀਜ਼ ਹੈ ਨਾ ਉਹ ਸਹੀ ਨਹੀਂ ਹੋ ਰਹੀ ਇਹ ਨਹੀਂ ਹੋਣਾ ਚਾਹੀਦਾ ਪਰਿਵਾਰ ਦੇ ਵਿੱਚ ਔਰਤਾਂ ਲਈ ਨਹੀਂ ਹੋਣਾ ਚਾਹੀਦਾ ਕੁਝ ਅਜਿਹਾ ਜੋ ਤੁਹਾਡੀਆਂ ਯਾਦਾਂ ਦੇ ਵਿੱਚ ਪਿਆ ਤੁਸੀਂ ਮਹਿਸੂਸ ਕਰਦੇ ਹੁੰਦੇ ਸੀ ਕਿ ਵੱਡੇ ਹੋ ਕੇ ਨਾ ਘਰ ਦੇ ਵਿਚਾਰ ਜ਼ਰੂਰ ਬਦਲਣਾ ਅੱਛਾ ਮੈਨੂੰ ਇਹ ਲੱਗਦਾ ਕਿ ਇਹਦਾ ਨਾ ਜਵਾਬ ਤੁਹਾਨੂੰ ਅਮਰਦ ਦਊਗਾ ਖੂਬਸੂਰਤ ਉਹ ਤਾਂ ਕਰਕੇ ਅਮਰਦ ਦਾ ਇੱਕ ਪਿੱਛੇ ਗਾਣਾ ਆਇਆ ਸੀਗਾ ਇਹ ਮੈਂ ਇਹਨੂੰ ਫੋਨ ਵੀ ਕੀਤਾ ਆਨਲਾਈਨ ਗਾਣਾ ਇਹਨੇ ਮੈਨੂੰ ਸੁਣਾਇਆ ਗੱਡੀ ਦੇ ਵਿੱਚ ਮੈਂ ਕਿਹਾ ਯਾਰੀ ਇਹਨੇ ਕੋਈ ਗਾਣੇ ਛੱਡਣੇ ਸੀ ਕਹਿੰਦਾ ਬਾਈ ਪਹਿਲਾਂ ਆ ਛੱਡਾਂਗਾ ਫੇਰ ਲਾਂ ਛੱਡਾਂ ਮੈਂ ਕਿਹਾ ਯਾਰ ਤੂੰ ਪਹਿਲਾਂ ਆ ਗਾਣਾ ਛੱਡ ਉਹ ਗਾਣਾ ਦੀ ਲਾਈਨ ਸੀ ਕਿ ਜਦੋਂ ਪਹਿਲਾ ਬੱਚਾ ਹੋਵੇ ਮੇਰੇ ਕੁੜੀ ਹੀ ਹੋਵੇ ਔਰ ਉਹ ਇੰਨੀ ਖੂਬਸੂਰਤ ਲਾਈਨ ਸੀ ਮਤਲਬ ਮੈਨੂੰ ਉਹ ਗਾਣਾ ਗਾਣਾ ਸਾਰਾ ਹੀ ਵਧੀਆ ਪਰ ਉਹ ਗੱਲ ਏਡੀ ਵਧੀਆ ਅੱਜ ਦੇ ਸਮਾਜ ਚ ਚਲੋ ਲੋਕ ਸਾਨੂੰ ਫੋਲੋ ਕਰਦੇ ਹਨ ਉਹ ਦੇਖਦੇ ਆ ਕਿ ਕਲਾਕਾਰ ਜਦੋਂ ਇਸ ਮਕਾਮ ਤੇ ਆ ਕੇ ਕੋਈ ਬੰਦਾ ਇਹ ਗੱਲ ਕਹਿੰਦਾ ਔਰ ਇਸ ਫਰਕ ਨੂੰ ਵੱਡੇ ਛੋਟੇ ਦੇ ਨੂੰ ਕੁੜੀ ਮੁੰਡੇ ਦੇ ਨੂੰ ਮਟਾਉਂਦਾ ਤੇ ਉਹ ਗੱਲ ਬਹੁਤ ਹੀ ਖੂਬਸੂਰਤ ਹੁੰਦੀ ਹੈ ਔਰ ਮੇਰੇ ਇਹ ਦਿਲੋਂ ਮੇਰੀ ਪਰਮਾਤਮਾ ਅੱਗੇ ਦੁਆ ਸੀ ਚਲੋ ਮਰਜੀ ਮਾਲਕ ਦੀ ਹੁੰਦੀ ਹੈ ਨਾ ਕਿ ਸੇਮ ਉਹ ਗੱਲ ਮੈਨੂੰ ਵਧੀਆ ਕਿਉਂ ਲੱਗੀ ਮੈਨੂੰ ਐਸੀ ਵੀ ਜਦੋਂ ਮੇਰੇ ਕੋ ਪਹਿਲਾਂ ਉਹ ਹੈ ਮਹਾਰਾਜ ਦੀ ਰਜ਼ਾਈਆ ਜੋ ਇਹ ਨਹੀਂ ਕਿ ਜੇ ਮੇਰੇ ਮੁੰਡਾ ਹੋ ਗਿਆ ਤੇ ਮੈਂ ਇਹ ਸ਼ਿਕਵਾ ਕਰੂੰਗਾ ਮਹਾਰਾਜ ਨਾਲ ਫਰਕ ਨਹੀਂ ਪਰ ਮੇਰੇ ਦਿਲ ਦੀ ਤਮੰਨਾ ਸੀ ਕਿ ਮਹਾਰਾਜ ਮੈਨੂੰ ਤੂੰ ਕੁੜੀਆ ਇੱਕ ਜ਼ਰੂਰ ਦੇਈ ਤੋ ਗਾਣਾ ਮੈਨੂੰ ਇੰਨਾ ਖੂਬਸੂਰਤ ਲੱਗਦਾ ਅਮਰਤ ਦਾ ਤੇ ਅਮਰਤ ਨੇ ਉਹ ਕੀ ਥਾਟ ਕ੍ਰੀਏਟ ਕਰਕੇ ਲਿਖਿਆ ਕਿਵੇਂ ਉਹਦਾ ਉਹ ਸੀਗਾ ਉਹਦੇ ਬਾਰੇ ਮੈਨੂੰ ਇਹ ਲੱਗਦਾ ਕਿ ਜਿਹੜੀ ਧੀ ਹੁੰਦੀ ਹੈ ਨਾ ਆਪਾਂ ਘਰੇ ਨਾ ਬਹੁਤ ਪੇਂਟਿੰਗਸ ਲਾਉਨੇ ਆ ਕਈ ਜਿਹੜੇ ਜਿਹੜੇ ਬਲੀਵ ਕਰਦੇ ਆ ਵਸਤੂ ਸ਼ਾਸਤਰ ਚ ਬਹੁਤ ਬਲੀਵ ਕਰਦੇ ਆ ਕਿ ਇਧਰੋਂ ਐਂਟਰੈਂਸ ਹੋਣੀ ਚਾਹੀਦੀ ਆ ਇਧਰੋਂ ਆ ਐਦਾਂ ਦੀ ਪੇਂਟਿੰਗ ਲਾਓ ਗੁੱਡ ਲੱਕ ਆਊਗਾ ਇਹ ਕੋਈ ਨਹੀਂ ਦੱਸਦਾ ਕਿ ਜਦੋਂ ਧੀ ਆਉਂਦੀ ਆ ਸਭ ਤੋਂ ਵੱਡਾ ਗੁੱਡ ਲੱਕ ਆਉਂਦਾ ਕੀ ਹੋਊਗਾ ਸਭ ਤੋਂ ਥੋੜੀ ਸੋਹਣੀ ਗੱਲ ਪਰ ਵੱਡੀ ਜ਼ਿੰਦਗੀ ਉਸ ਤੋਂ ਬਾਅਦ ਤੁਸੀਂ ਯਾਦ ਮੈਂ ਹੁਣ ਵੀ ਕੈਮਰਾ ਦੇ ਰਾਈ ਕਹਿਣਾ ਚਾਹੁੰਦਾ ਜਿੰਨਾ ਜਿੰਨਾ ਦੇ ਵੀ ਇਵਨ ਮੈਂ ਸੈਲਿਬ੍ਰਿਟੀਜ਼ ਨੂੰ ਵੀ ਗੱਲ ਕਹਾਂਗਾ ਤੁਸੀਂ ਵੀ ਸ਼ਾਇਦ ਰਿਲੇਟ ਕਰੋਗੇ ਕਿ ਜਦੋਂ ਇੱਕ ਬੱਚੀ ਜਨਮ ਲੈਂਦੀ ਹੈ ਨਾ ਤੁਸੀਂ ਕੁਝ ਵੀ ਕਰ ਰਹੇ ਹੋਣੇ ਤੁਹਾਨੂੰ ਉਹਦੇ ਚ ਸਕਸੈਸ ਮਿਲਦੀ 2 ਸਭ ਐਗਜ਼ਾਮਪਲ ਬਹੁਤ ਐਗਜ਼ਾਮਪਲਸ ਦੇਖੋ ਖੁਦ ਐਗਜ਼ਾਮਪਲ ਮੇਰੀ ਲਾਈਫ ਮਤਲਬ ਮੈਂ ਮਤਲਬ ਬੱਚਿਆਂ ਤੋਂ ਬਾਅਦ ਆਈ ਐਮ ਸੋ ਬਿਜ਼ੀ ਐਂਡ ਮੋਰ ਮੋਰ ਸਕਸੈਸਫੁਲ ਜੀ ਸੋ ਯਾ ਉਹਦੀ ਲਾਈਨ ਸੀ ਗਾਣੇ ਦੀ ਕਿ ਹੱਕ ਦੀ ਮੈਂ ਖਾਵਾਂ ਚਾਹੇ ਥੋੜੀ ਹੀ ਹੋਵੇ ਫੇਰ ਭਾਵੇਂ ਜ਼ਹਿਰ ਦੀ ਉਹ ਕੁੜੀ ਹੀ ਹੋਵੇ ਐਂਡ ਤੱਕ ਕਰੂਗੀ ਪਿਆਰ ਮੇਰਾ ਜੋ ਜਿੱਦਾਂ ਬੱਚਾ ਹੋਇਆ ਮੇਰੇ ਕੁੜੀ ਹੀ ਕੁੜੀ ਹੀ ਹੋਈ ਵਾਹ ਵਾਹ ਉਹ ਇਹ ਮੇਰੀ ਮੇਰੀ ਦਲੀਲ ਇੱਛਾ ਹੈ ਤਾਂ ਕਿ ਜਿਸ ਦਿਨ ਵੀ ਮੈਂ ਪੇਰੈਂਟ ਬਣਾ ਤਾਂ ਪਹਿਲਾ ਬੱਚਾ ਮੇਰੇ ਕੁੜੀ ਹੋਵੇ ਰਾਈਟ ਐਂਡ ਜਿਹੜੀ ਤੁਸੀਂ ਸਵਾਲ ਪੁੱਛਿਆ ਕਿ ਕੀ ਚੇਂਜ ਕਰਨਾ ਚਾਹੁੰਦੇ ਹੋ ਜੋ ਤੁਸੀਂ ਆਪਣੀ ਲਾਈਫਸ ਦੇਖਿਆ ਦੇਖੋ ਪਿੱਛੇ ਚਲੇ ਜਾਂਦੇ ਸਮਾਂ ਐਡਵਾਂਸ ਹੁੰਦਾ ਜਾਂਦਾ ਹੈ ਨਾ ਕਈ ਵਾਰੀ ਨਾ ਮਮ ਮਮੀ ਨੇ ਹੁਣ ਉਹ ਦੁਨੀਆ 'ਚ ਨਹੀਂ ਰਹੇ ਉਹਨਾਂ ਨੇ ਕਹਿਣਾ ਨਾ ਕੋਈ ਫਿਲਮ ਲਗਣੀ ਹੋ ਸਿਨੇਮਾ ਲਵਰ ਸੀ ਮੇਰੇ ਮੰਮਾ ਨਾ ਕਿਉਂਕਿ ਉਹ ਅੰਡੇਮਾਨ ਨਿਕੋਬਾਰ ਦੇ ਪੜੇ ਹੋਏ ਸੀਗੇ ਇੱਕ ਨੇਵੀ ਆਫੀਸਰ ਦੇ ਧੀ ਸੀਗੇ ਕੱਲੀ ਕੱਲੀ ਧੀ ਨਾ ਕੋਈ ਭੈਣ ਨਾ ਭਰਾ ਬੜੇ ਪੈਂਪਰਡ ਕਿੱਡ ਸੀਗੇ ਹਨਾ ਉਹ ਉਹਨਾਂ ਦਾ ਸੀਗਾ ਕਿ ਮੈਂ ਸਿਨੇਮਾ ਦੇ ਸਾਡੇ ਫਾਦਰ ਸਾਹਿਬ ਥੋੜੇ ਜੇ ਯਾਰ ਫਿਲਮਾਂ ਫੁਲਮਾਂ ਨਹੀਂ 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 ਇਦਾਂ ਉਦਾਂ ਨਹੀਂ ਕੋਈ ਉਹ ਖੁਜੀ ਫਿਲਮ ਆਊਗੀ ਫੇਰ ਦੇਖਣ ਜਾਣ ਦੇਵਾਂਗਾ ਹਨਾ ਕੋਈ ਐ ਮਤਲਬ ਹੁੰਦਾ ਜੋ ਕਿ ਮਾੜੀ ਸੋਚ ਨਹੀਂ ਸੀ ਸਮਾਂ ਹੀ ਆਇਆ ਇਹੋ ਜਿਹਾ ਸੀਗਾ ਹੁਣ ਤਾਂ ਟਾਈਮ ਬਹੁਤ ਬਦਲ ਗਿਆ ਪਰ ਹੁਣ ਜੇ ਟਾਈਮ ਬਦਲ ਗਿਆ ਮੈਂ ਇਹ ਜ਼ਰੂਰ ਕਰੂੰਗਾ ਕਿ ਕੱਲ ਨੂੰ ਜੇ ਮੇਰੇ ਅ ਬੱਚੀ ਹੁੰਦੀ ਆ ਜਾਂ ਕੁਛ ਹੋਰ ਹੈ ਜਿਹੜਾ ਉਹਦਾ ਦਿਲ ਹੈ ਨਾ ਜਿਹੜੀਆਂ ਬੇਸਿਕ ਬੇਸਿਕ ਕੁੜੀਆਂ ਦੇ ਸ਼ੌਂਕ ਹੁੰਦੇ ਆ ਮੈਂ ਕਹੂੰ ਆ ਪੁੱਤ ਵੀ ਦੂਏ ਤੂੰ ਨਜ਼ਾਰੇ ਨਾਲ ਬਾਉਂਡਰੀਆਂ ਨਹੀਂ ਹੋਣੀਆਂ ਵੀ ਮੈਨੂੰ ਤੇਰੇ ਤੇ ਭਰੋਸਾ ਹੈ ਆਪਾਂ ਜਦੋਂ ਆਪਦੇ ਧੀ ਪੁੱਤ ਤੇ ਖੁਦ ਹੀ ਡਾਊਟ ਕਰਨ ਲੱਗ ਜਾਂਦੇ ਆ ਨਾ ਘਰੇ ਹੀ ਆਪਾਂ ਕਹਿੰਦੇ ਆ ਸਮਾਜ ਡਾਊਟ ਨਾ ਕਰੇ ਸਭ ਤੋਂ ਪਹਿਲਾਂ ਤਾਂ ਆਪਾਂ ਘਰੇ ਡਾਊਟ ਕਰਦੇ ਆ ਸਭ ਤੋਂ ਪਹਿਲਾਂ ਹੋ ਜਾਏ ਨਾ ਹਾਏ ਕਿਤੇ ਆ ਨਾ ਹੋ ਜਾਏ ਹਾਏ ਕਿਤੇ ਆ ਨਾ ਹੋ ਜਾਏ ਕੁਝ ਨਹੀਂ ਹੁੰਦਾ ਧੀ ਤਾਂ ਇਹੋ ਜਿਹਾ ਸ਼ੇਰ ਬੱਚਾ ਹੁੰਦਾ ਤੁਸੀਂ ਇਹਨੂੰ ਥਾਪੜਾ ਦੇ ਕੇ ਲੈ ਪਿਓ ਇੱਕ ਵਾਰੀ ਕਹਿ ਦੇਵੇ ਸਹੀ ਗੱਲ। ਵੀ ਪੁੱਤ ਮੇਰਾ ਮੈਂ ਤੇਰੇ ਨਾਲ ਚੱਕਦੇ ਫੱਟੇ। ਮੈਂ ਕਹਿੰਦਾ ਮਤਲਬ ਹੀ ਨਹੀਂ ਕਦੇ ਸਿਰ ਨੀਵਾ ਹੋਜੇ ਕਿਸੇ ਦਾ। ਕਿਉਂ ਜੀ? ਬਿਲਕੁਲ ਬਿਲਕੁਲ। ਵਾਕੇ ਬਹੁਤ ਸੋਹਣੀ ਬਹੁਤ ਸੋਹਣੀ ਗੱਲ ਕਹੀ। ਸ਼ਾਇਦ ਇਹ ਮੈਂ ਇਥੋਂ ਨਾਲ ਲੈ ਕੇ ਜਾਉਂਗੀ। ਕਿ ਹਮੇਸ਼ਾ ਮੇਰੇ ਨਾਲ ਰੋਗੀ। ਆ ਭਾਜੀ ਅਸੀਂ ਬੇਸ਼ੱਕ ਸ਼ੁਕਰਾਨਾ ਫਿਲਮ ਵੀ ਵੀ ਗੱਲ ਕਰ ਰਹੇ ਆ। ਸੋ ਇਹ ਫਿਲਮ ਦੀ ਜਿਹੜੀ ਕਹਾਣੀ ਹੈ ਨਾ ਸ਼ਾਇਦ ਟ੍ਰੇਲਰ ਵੇਖਣ ਤੋਂ ਬਾਅਦ ਹਰ ਕੋਈ ਇਹ ਸੋਚਣ ਲੱਗ ਗਿਆ ਕਿ ਕੀ ਹੋਏਗਾ। ਏਨੀ ਲੱਗ ਰਿਹਾ ਕਈਆਂ ਨੂੰ ਲੱਗ ਰਿਹਾ ਕਿ ਨਹੀਂ ਪਤਾ ਚੱਲ ਗਿਆ ਪਰ ਨਹੀਂ ਮੈਨੂੰ ਲੱਗਦਾ ਹੈ ਕਿ ਫਿਲਮ ਵੇਖਣ ਤੋਂ ਬਾਅਦ ਸ਼ਾਇਦ ਕੋਈ ਹੋਰ ਬਹੁਤ ਸੋਹਣੀ ਚੀਜ਼ ਸਾਡੇ ਸਾਹਮਣੇ ਆਉ। ਹਾਂ ਉਹ ਓਸੀ ਚੀਜ਼ ਤਾਂ ਅਸੀਂ ਕਾਮਯਾਬ ਹੋਏ ਹਾਂ ਜਿਹੜੀ ਗੱਲ ਆਡੀਅנס ਕਹਿ ਰਹੀ ਆ ਕਿ ਟ੍ਰੇਲਰ ਚ ਸਾਨੂੰ ਪਤਾ ਲੱਗ ਗਿਆ ਉਹੀ ਅਸੀਂ ਚਾਹੁੰਦੇ ਸੀ ਬਲਕਿ ਉਹ ਹੈ ਨਹੀਂ ਜੋ ਉਹਨਾਂ ਨੂੰ ਪਤਾ ਲੱਗ ਗਿਆ ਕਲਾਈਮੈਕਸ ਉਹ ਹੈ ਨਹੀਂ ਉਹ ਕਲਾਈਮੈਕਸ ਫਿਲਮ ਦੇਖ ਕੇ ਹੀ ਪਤਾ ਲੱਗੂਗਾ ਦੇਖ ਕੇ ਪਤਾ ਲੱਗੂਗਾ ਅਸੀਂ ਤਾਂ ਡਾਊਟ ਕ੍ਰੀਏਟ ਕਰਨਾ ਸਾਡਾ ਤਾਂ ਫਰਜ਼ ਆ ਸਾਡਾ ਕਿਉਂਕਿ ਸਾਨੂੰ ਆਏ ਨਾ ਲੋਕ ਵੱਤ ਤੋਂ ਵੱਤ ਥਾ ਥਿੰਕਿੰਗ ਕਰਨ ਕਿ ਇਹਦੇ ਚ ਅੱਗੇ ਕੀ ਹੋਊਗਾ ਅੱਗੇ ਕਿਵੇਂ ਹੋਊਗਾ ਸੋ ਉਸ ਚੀਜ਼ ਲਈ ਅਸੀਂ ਕਾਮਯਾਬ ਹੋਏ ਹਾਂ ਟ੍ਰੇਲਰ ਚ ਗਾਣਾ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਮਰਤਲਾ ਟ੍ਰੇਲਰ ਨੂੰ ਬਹੁਤ ਵਧੀਆ ਰਿਸਪੌਂਸ ਆ ਔਰ ਦੇਖੋ ਵੱਡੀ ਗੱਲ ਇਹ ਹੈ ਲੋਕਾਂ ਦਾ ਇਹ ਹੁੰਦਾ ਕਿ ਟ੍ਰੇਲਰ ਵਧੀਆ ਨਹੀਂ ਵਧੀਆ ਗੱਲ ਨਿਬੜ ਜਾਂਦੀ ਆ ਸਾਡੀ ਟ੍ਰੇਲਰ ਤੇ ਚਰਚਾ ਹੋ ਰਹੀ ਆ ਕਿ ਯਾਰ ਇਹ ਤਾਂ ਪਹਿਲਾਂ ਹੀ ਐ ਤੋਂ ਐ ਸਾਰਾ ਕੁਝ ਦੱਸ ਹੀ ਦਿੱਤਾ ਗੱਲਾਂ ਹੋ ਰਹੀਆਂ ਗੱਲਾਂ ਹੋ ਰਹੀਆਂ ਨੇ ਸੋ ਅਸੀਂ ਉਹਦੇ ਚ ਕਾਮਯਾਬ ਹੋਏ ਹਾਂ ਸਾਰੀ ਟੀਮ ਇਸਨੂੰ ਅਮਰਿਤਮਾਨ ਬਾਜੀ ਤੁਹਾਡਾ ਇੱਕ ਡਾਇਲੋਗ ਹੈ ਕਿ ਜੇ ਮੂੰਹੋਂ ਕਹਿਤਾ ਸ਼ਾਇਦ ਜਵਾਬ ਦੂਜੇ ਤਰੀਕੇ ਨਾਲ ਨਾ ਮਿਲ ਜੇ ਰੀਅਲ ਲਾਈਫ 'ਚ ਕਦੀ ਇੰਨਾ ਹੈਪਨ ਹੋਇਆ ਨਹੀਂ ਨਹੀਂ ਮੇਰਾ ਬਾਬੇ ਦੀ ਕਿਰਪਾ ਨਾਲ ਐਵਜਾ ਤਾਂ ਨਹੀਂ ਕਦੇ ਇਨਸੀਡੈਂਟ ਹੋਇਆ ਪਰ ਇਹ ਹੁੰਦਾ ਨਾ ਕਿ ਫਿਲਮ ਸਾਡੀ अर्ਲੀ ਲੇਟ 90ਸ अर्ਲੀ 2000ਸ ਦਾ ਟਾਈਮ ਦਿਖਾਇਆ ਗਿਆ ਉਦੋਂ ਹੀ ਬੜਾ ਹੁਣ ਤਾਂ ਚਲੋ ਫਿਰ ਵੀ ਵਟਸਐਪ ਇਹ ਉਹ ਸੋਸ਼ਲ ਮੀਡੀਆ ਆ ਗਿਆ ਕਨੈਕਟ ਕਰਨ ਲਈ ਉਦੋਂ ਹੀ ਹੁੰਦਾ ਸੀ ਕਿ ਚਿੱਠੀ ਵੜਾਤੀ ਚਿੱਠੀ ਚੱਕ ਲਈ ਫਿਰ ਉਹਦਾ ਵੇਟ ਕਰੀ ਜਾਣਾ ਕਿ ਜਵਾਬ ਆਊਗਾ ਹਨਾ ਸੋਸਾਇਟੀ ਦਾ ਬੜਾ ਡਰ ਹੁੰਦਾ ਸੀ ਚੀਜ਼ਾਂ ਡਿਫਰੈਂਟ ਜਿਵੇਂ ਮੈਂ ਪਹਿਲਾਂ ਕਹਿ ਕੇ ਪਹਿਲਾਂ ਚੀਜ਼ਾਂ ਡਿਫਰੈਂਟ ਹੁੰਦੀਆਂ ਸੀ ਫਿਰ ਇਦਾਂ ਦਾ ਕਦੇ ਨੌਬਤ ਨਹੀਂ ਆਈ ਬਾਬੇ ਨੇ ਸਰ ਤੇ ਧਰ ਕੇ ਐਸ ਮਾਮਲੇ ਚ ਠੀਕ ਲੱਗੀ ਬਹੁਤ ਲੱਗੀ ਆਂ ਜੀ ਜੀ ਤੇ ਨੀਰੂ ਮੈਮ ਅਗਰ ਮੈਂ ਤੁਹਾਡੇ ਤੋਂ ਹੁਣ ਉਹ ਚੀਜ਼ਾਂ ਨੂੰ ਲੈ ਕੇ ਸਵਾਲ ਪੁੱਛਦੀ ਰਵਾਂ ਮੈਨੂੰ ਲੱਗਦਾ ਹੈ ਕਿ ਉਹ ਮੇਰਾ ਨੌਨਸੈਂਸ ਹੋਗਾ ਜਾਂ ਫਾਈਨੈਂਸ਼ਲੀ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਉਹਨਾਂ ਸਭ ਚੀਜ਼ਾਂ ਤੋਂ ਬਹੁਤ ਉੱਪਰ ਉੱਠ ਗਏ ਹੋ ਹਾਲੀ ਦੇ ਵਿੱਚ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਗੱਲ ਕਹੀ ਕਿ ਏਟ ਫਲੌਪ ਜ਼ਿੰਦਗੀ ਦਾ ਕਿੰਨਾ ਛੋਟਾ ਹਿੱਸਾ ਹੁੰਦਾ ਸੀ ਉਹਨੂੰ ਮੰਨ ਵੀ ਨਹੀਂ ਸਕਦੇ ਕਿਸੇ ਟਾਈਮ ਤੇ ਤੁਸੀਂ ਇਸ ਕਦਰ ਇੰਡੀਪੈਂਡੈਂਟ ਇੰਡੀਪੈਂਡੈਂਟ ਹੋ ਕੇ ਸੋਚਦੇ ਸੀ ਤੁਹਾਨੂੰ ਲੱਗਦਾ ਸੀ ਕਿ ਮੈਂ ਇਕੱਲੇ ਵੀ ਰਹਿ ਸਕਦੇ ਆ ਲੇਕਿਨ ਫੈਮਿਲੀ ਤੁਹਾਡੀ ਜ਼ਿੰਦਗੀ ਦੇ ਵਿੱਚ ਆਈ ਤਾਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਨਹੀਂ ਪਰਿਵਾਰ ਬਹੁਤ ਸੋਹਣੀ ਚੀਜ਼ ਹੁੰਦਾ ਤੁਸੀਂ ਉਹਨੂੰ ਸਹੀ ਪਾਰਟਨਰ ਮਿਲੇ ਓਕੇ ਜੇ ਸਹੀ ਪਾਰਟਨਰ ਮਿਲੇ ਮੈਂ ਮੈਂ ਵਿਆਹ ਨਹੀਂ ਕਰਾਉਣਾ ਸੀ ਬਿਕਾਜ਼ ਮੈਂ ਜੋ ਵੀ ਆਪਣੇ ਵਾਲੇ ਦwale ਦੇਖ ਰਹੀ ਸੀ ਉਹ ਮਤਲਬ ਮਿਜ਼ਰੇਬਲ ਮੈਰिजेस ਸੋ ਅਮ ਮੇਰਾ ਇਹ ਸੀ ਕਿ ਮੈਂ ਅਡਾਪਟ ਕਰ ਲੈਣਾ ਸੀ ਇੱਕ ਇੱਕ ਕੁੜੀ ਨੂੰ ਅਡਾਪਟ ਕਰਨਾ ਸੀ ਐਂਡ ਦੈਟਸ ਇਟ ਬਟ ਆਈ ਗੈਸ ਪਤਾ ਨਹੀਂ ਮੈਨੂੰ ਸਹੀ ਪਾਰਟਨਰ ਮਿਲਿਆ ਤਾਂ ਮੈਂ ਵਿਆਹ ਕਰਵਾਇਆ ਨਹੀਂ ਤਾਂ ਮੈਂ ਨਹੀਂ ਕਰਨਾ ਸੀ ਮੈਂ ਯੰਗਸਟਰਸ ਨੂੰ ਵੀ ਇਹ ਕਹਿਨੀ ਆ ਕਿ ਜਲਦਬਾਜ਼ੀ ਨਾ ਕਰੋ ਅਮ ਕਈਆਂ ਦੇ ਮਾਪੇ ਉਹ ਵੀ ਗੁੱਸੇ ਹੋ ਜਾਂਦੇ ਆ ਕਿਉਂਕਿ ਮੈਂ ਉਹਨਾਂ ਨੂੰ ਕਹਿ ਦਿੰਦੀ ਆ ਕਿ 23 24 25 ਬਹੁਤ ਛੋਟੇ ਹੋ ਤੁਸੀਂ 30 ਤੋਂ ਬਾਅਦ ਸੋਚਿਓ ਪਹਿਲਾਂ ਕੁਝ ਬਣ ਜਾਓ ਇੰਡੀਪੈਂਡੈਂਟ ਬਣੋ ਪਹਿਲਾਂ ਅੰਜ ਸਹੀ 파ਟਨਰ ਮਿਲਦਾ ਹੈ ਕਿ ਇਹਨਾਂ ਨੂੰ ਐ ਹੁੰਦਾ ਕਿ ਵਿਆਹ ਦਾ ਚਾਹੀਂ ਰਹਿੰਦਾ ਕਿ ਮੈਂ ਵਿਆਹ ਕਰਾਉਣਾ ਵਿਆਹ ਤੋਂ ਬਾਅਦ ਕੀ ਹੁੰਦਾ ਅਸਲੀਤ ਉਹ ਕੀ ਹੁੰਦੀ ਹੈ ਬਹੁਤ ਮੁਸ਼ਕਿਲ ਹੈ ਜੇ ਗਲਤ 파ਟਨਰ ਮਿਲ ਗਿਆ ਤੇ ਉਹਦੇ ਨਾਲ ਫਿਰ ਬੱਚੇ ਇਹਨਾਂ ਤੋਂ ਬੱਚਿਆਂ ਦੀ ਲਾਈਫ ਖਰਾਬ ਹੁੰਦੀ ਹੈ ਪਰ ਇਫ ਯੂ ਆ ਲੱਕੀ ਫਿਰ ਬੱਲੇ ਬੱਲੇ ਇਫ ਯੂ ਆ ਲੱਕੀ ਮੈਂ ਲੱਕੀ ਹਾਂ ਫਿਰ ਲੱਕੀ ਫਾਈਂਡ ਦਾ ਰਾਈਟ 파ਟਨਰ ਪਰਿਵਾਰ ਆਬਸਲੀਟਲੀ ਹਾਲੇ ਦੇ ਵਿੱਚ ਨਾ ਨਿਰਮਲ ॠषि मैम ਦੀ ਗੱਲ ਮੇਰੀ ਮਦਰ ਸੁਣ ਰਹੀ ਸੀ ਬੜੇ ਖੁਸ਼ ਹੋ ਰਹੀ ਸੀ ਮੈਮ ਨੇ ਕਿਹਾ ਕਿ ਮੈਨੂੰ ਬੜੇ سارے ਮੁੰਡੇ ਆ ਕੇ ਕਹਿੰਦੇ ਆ ਮੈਡਮ ਵਧੀਆ ਕੁੜੀ ਨਹੀਂ ਮਿਲਦੀ ਕਹਿੰਦੇ ਅੱਜ ਕੱਲ ਮੁੰਡੇ ਵਧੀਆ ਹੋ ਗਏ ਤੇ ਮੁੰਡਿਆਂ ਨੂੰ ਵਧੀਆ ਕੁੜੀਆਂ ਨਹੀਂ ਮਿਲਦੀਆਂ ਸੋ ਇਸ ਮਾਮਲੇ ਨੂੰ ਲੈ ਕੇ ਤੁਸੀਂ ਕਿੱਦਾਂ ਸੋਚਦੇ ਹੋ ਕਿਉਂਕਿ ਕਿਤੇ ਨਾ ਕਿਤੇ ਨਾ ਨੋ ਆਈ ਥਿੰਕ ਹਮ ਕੁੜੀਆਂ ਇੰਡੀਪੈਂਡੈਂਟ ਹੋ ਚੁੱਕੇ ਆ ਮੇਬੀ ਕਈ ਮੁੰਡਿਆਂ ਨੂੰ ਇਹ ਗੱਲ ਨਹੀਂ ਪਸੰਦ ਉਹਨਾਂ ਕੋਲ ਯੂ ਨੋ ਇੱਕ ਸੋਚ ਆ ਚੁੱਕੀ ਹੈ ਇੰਡੀਪੈਂਡੈਂਸ ਆ ਚੁੱਕੀ ਹੈ ਉਹ ਉਹਨਾਂ ਦਾ ਮਤਲਬ ਕਿ ਚੰਗੀ ਕੁੜੀ ਜੋ ਕਿ ਯੂ نو ਚੰਗੀ ਦੀ ਡੈਫੀਨੇਸ਼ਨ ਆਪਾਂ ਹੋਰ ਬਣਾ ਲਈਏ ਚੰਗੀ ਦੀਆਂ ਡੈਫੀਨੇਸ਼ਨਸ ਹੋਰ ਵੀ ਬਹੁਤ ਨੇ ਚੰਗੀ ਦੀ ਡੈਫੀਨੇਸ਼ਨ ਇਹ ਵੀ ਹੈ ਕਿ ਕੁੜੀ ਆਪਣੇ ਪੈਰਾਂ 'ਸਰ ਹੈ ਉਹ ਜੌਬ ਕਰਦੀ ਹੈ ਉਹਦੇ ਕਲੀਗਸ ਵੀ ਹੈਗੇ ਨੇ ਉਹਨੇ ਜੇ ਆਫਿਸ ਦੇ ਵਿੱਚ ਕੋਈ ਫੰਕਸ਼ਨ ਰੱਖਿਆ ਹੋਇਆ ਉਹਨੇ ਜਾਣਾ ਹੈ ਉਹਨੇ ਅਟੈਂਡ ਵੀ ਕਰਨਾ ਹੈ ਉਹਨੇ ਆਪ ਘਰੋਂ ਗੱਡੀ ਚੱਕਣੀ ਹੈ ਡਰਾਈਵ ਕਰਕੇ ਜਾਣਾ ਆਉਣਾ ਤੇ ਆ ਕੇ ਉਹ ਜੇ ਥੱਕੀ ਹੋਈ ਹੈ ਘੰਟਾ ਤੋਂ ਘੰਟੇ ਆਰਾਮ ਵੀ ਕਰਨਾ ਹੈ ਆਰਾਮ ਵੀ ਕਰਨਾ ਇਹ ਗੱਲ ਲਾਈਫ ਪਾਰਟਨਰ ਨੂੰ ਵੀ ਸਮਝਣੀ ਚਾਹੀਦੀ ਹੈ ਘਰਦਿਆਂ ਨੂੰ ਵੀ ਸਮਝਣੀ ਚਾਹੀਦੀ ਹੈ ਪਾਰਟਨਰ ਵੀ ਰੋਟੀ ਬਣਾ ਦੂਗਾ ਇਹ ਮਨਜ਼ੂਰ ਹੈ ਜੇ ਉਹ ਥੱਕੀ ਹੋਈ ਹੈ ਤਾਂ ਜੇ ਉਹਦੇ ਹਸਬੰਡ ਹੈਲਪ ਕਰ ਦੂਗਾ ਤਾਂ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਸੋ ਮੇਰੇ ਹਿਸਾਬ ਨਾਲ ਨਾ ਅੱਜ ਦਾ ਜਿਹੜਾ ਸਮਾਂ ਹੈ ਨਾ ਟੀਮ ਵਰਕ ਦਾ ਸਮਾਂ ਹੈ ਤੁਸੀਂ ਕੋਈ ਵੀ ਚੀਜ਼ ਦੇਖ ਲਓ ਰਿਸ਼ਤਾ ਦੇਖ ਲਓ ਬਿਜ਼ਨਸ ਦੇਖ ਲਓ ਸਾਡੀ ਟੀਮ ਵਰਕ ਜਿੱਥੇ ਹੈ ਨਹੀਂ ਉੱਥੇ ਵੈਸੀ ਵੀ ਨੈਗੇਟਿਵਿਟੀ ਹੋਈ ਐ ਜਿੱਥੇ ਟੀਮ ਵਰਕ ਹੈ ਹੁਣ ਜਿੱਦਣ ਲੈਟਸ ਸੇ ਆਪਾਂ ਗੱਲ ਕਰਦੇ ਆ ਚੰਗੀਆਂ ਕੁੜੀਆਂ ਦੀ ਚੰਗੀਆਂ ਕੁੜੀਆਂ ਬਹੁਤ ਆ ਖਬਰਾਂ ਚੰਗੇ ਮੁੰਡੇ ਨਾ ਹੋਣ ਉਹ ਚੰਗੀਆਂ ਕੁੜੀਆਂ ਭਾਲਣ ਵਾਲੇ ਪਹਿਲਾਂ ਆਪ ਹੀ ਨਾ ਚੰਗੇ ਹੋਣ ਵਿਚਾਰੇ ਹਾਂ ਨਾ ਮਤਲਬ ਉਹੀ ਗੱਲ ਆ ਨਾ ਦੇਖੋ ਚੰਗੇ ਲੱਭਣ ਲਈ ਪਹਿਲਾਂ ਚੰਗਾ ਬਨਣਾ ਪੈਂਦਾ ਮੈਂ ਕਿਸੇ ਨੂੰ ਸਰਟੀਫਿਕੇਟ ਦੇਣ ਵਾਲਾ ਕੌਣ ਹੁਣਾ ਮੈਂ ਆਪਦੀ ਪੀੜ੍ਹੀ ਥੱਲੇ ਤਾਂ ਸੋਟਾ ਮਾਰਾਂ ਮੈਂ ਕਿਸੇ ਨੂੰ ਉਹ ਕਿਸੇ ਨੂੰ ਕਹੀ ਜਾਵਾ ਫਲਾਨਾ ਚੰਗਾ ਫਲਾਨਾ ਮਾੜਾ ਕਿਸੇ ਨੂੰ ਤਾਂ ਮੈਂ ਜੱਜ ਕਰੀ ਜਾਵਾ ਤੇ ਜਿਹੜਾ ਮੇਰਾ ਰੂਟੀਨ ਹੋਵੇ ਉਹ ਇਹੋ ਜਿਹਾ ਹੋਵੇ ਵੀ ਸੁਣਨ ਵਾਲਾ ਵੀ ਨਾ ਹੋਵੇ ਹਨਾ ਤਾਂ ਇਟ ਮੀਨਸ ਇਟਸ ਅ ਟੀਮ ਵਰਕ ਦੋਨਾਂ ਜਾਣਿਆਂ ਨੂੰ ਇਕੁਅਲੀ ਜਿਵੇਂ ਟੈਨਿਸ ਦੇ ਦੋ ਪਲੇਅਰ ਹੁੰਦੇ ਆ ਨਾ ਇੱਕ ਦੀ ਸਟਰੈਂਥ ਦੂਜੇ ਦੀ ਵੀਕਨੈਸ ਤੇ ਦੂਜੇ ਦੀ ਸਟਰੈਂਥ ਦੂਜੇ ਦੀ ਵੀਕਨੈਸ ਤਾਂ ਤਾਂ ਹੀ ਜਿੱਤਦੇ ਹੋ ਤੁਸੀਂ ਨਾ ਇਹ 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 ਜੀ ਬਿਲਕੁਲ ਇਹ ਵੀ ਟੀਮ ਵਰਕ ਸੀ ਤੁਸੀਂ ਕੁੜੀਆਂ ਦੀ ਫੇਵਰ ਕੀਤੀ ਮੈਂ ਮੁੰਡਿਆਂ ਦੀ ਫੇਵਰ ਕੀਤੀ ਵਿਚ ਇਜ਼ ਅ ਗੁੱਡ ਥਿੰਗ ਵਧੀਆ ਗੱਲ ਸਾਰੇ ਖੁਸ਼ ਹਾਂ ਬਿਲਕੁਲ ਸ਼ੁਕਰਾਨਾ ਫਿਲਮਲੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕੁਝ ਸਵਾਲ ਮੈਂ ਆਪਣੇ ਨਾਲ ਲੈ ਕੇ ਜਾ ਰਹੀਆਂ ਕਿਉਂਕਿ ਮੈਂ ਚਾਹੂੰਗੀ ਕਿ ਸ਼ਾਇਦ ਉਹਦੇ ذریعے ਮੇਰੇ ਦਿਲ 'ਚ ਹਮੇਸ਼ਾ ਹੋਊਗਾ ਕਿ ਮੈਂ ਕਦੀ ਦੁਬਾਰਾ ਫਿਰ ਤੁਹਾਨੂੰ ਸਭ ਨੂੰ ਮਿਲਾਂ ਸੋ ਬੈਸਟ ਬੈਸਟ ਵਿਸ਼ੇਸ ਇਸ ਫਿਲਮ ਲਈ ਉਮੀਦ ਹੈ ਕਿ ਜਿੰਨੇ ਪਿਆਰ ਨਾਲ ਬਣਾਈ ਹੈ ਸੋ ਰੱਬ ਸ਼ੁਕਰਗੁਜ਼ਾਰ ਹੋਵੇਗਾ ਬਹੁਤ ਚੰਗਾ ਥੈਂਕ ਯੂ ਸੋ ਮੱਚ ਸੋ ਸ਼ੁਕਰਾਨਾ ਫਿਲਮ 27 ਸਤੰਬਰ ਨੂੰ ਸਿਨੇਮਾ ਕਰਾਂਦਾ ਸ਼ਿੰਗਾਰ ਬਣ ਜਾਏਗੀ ਟ੍ਰੇਲਰ ਨੂੰ ਵੇਖ ਕੇ ਪੱਕਾ ਤੁਹਾਨੂੰ ਵੀ ਇਦਾਂ ਹੀ ਲੱਗਿਆ ਹੋਵੇਗਾ ਕਿ ਕੋਈ ਨਾ ਕੋਈ ਅਜੀਬਾ ਸਸਪੈਂਸ ਹੈ ਜੋ ਮਜਬੂਰ ਕਰੇਗਾ ਸਿਨੇਮਾ ਕਰਾਂ ਦੇ ਵਿੱਚ ਜਾਣ ਲਈ ਪਰਿਵਾਰਿਕ ਫਿਲਮਾਂ ਦੀ ਬੇਸ਼ੱਕ ਤੁਸੀਂ ਹਮੇਸ਼ਾ ਡਿਮਾਂਡ ਕਰਦੇ ਹੋ ਪਰ ਤੁਸੀਂ ਪਿਆਰ ਕਰਨ ਲਈ ਪਹਿਲਾ ਕਦਮ ਅੱਗੇ ਵਧਾਓ ਅਗਰ ਤੁਸੀਂ ਸਿਨੇਮਾ ਦੇ ਰਾਹੀਂ ਸੋਨੇ ਸੁਨੇਹੇ ਲੈਣਾ ਚਾਹੁੰਦੇ ਹੋ